ਪੰਜਾਬ ਸਰਕਾਰ ਦੇ ਵੱਲੋਂ ਮੈਗਾ ਪੀਟੀਐਮ ਕਰਵਾਈ ਗਈ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਨਾਲ ਇਸ ਬਾਬਤ ਸਾਡੇ ਸਹਿਯੋਗੀ ਨੀਖਾਸ ਗੱਲਬਾਤ ਕੀਤੀ ਸਾਡੇ ਨਾਲ ਪੰਜਾਬ ਸਰਕਾਰ ਦੇ ਵਜ਼ੀਰ ਹਰਜੋਤ ਸਿੰਘ ਬੈਂਸ ਜੀ ਮੌਜੂਦ ਨੇ ਬੈਂਸ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਮੇਰਾ ਪੀਟੀਐਮ ਮੀਟਿੰਗ ਨੂੰ ਲੈ ਕੇ ਹੋਇਆ ਹੈਗਾ ਮਕਸਦ ਕੀ ਸੀਗਾ ਕਿਉਂਕਿ ਪਹਿਲਾਂ ਅਕਸਰ ਦੇਖਿਆ ਜਾਂਦਾ ਸੀਗਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਮੀਟਿੰਗ ਹੁੰਦੀ ਸੀਗੀ ਪਰ ਸਰਕਾਰੀ ਸਕੂਲਾਂ ਦੇ ਵਿੱਚ ਮੈਗਾ ਪੀਟੀਐਮ ਮੀਟਿੰਗ ਨਹੀਂ ਕਦੇ ਹੋਈ ਇਸ ਦਾ ਮਕਸਦ ਕੀ ਸੀਦਾ ਤੇ ਸਰਕਾਰ ਨੇ ਮਕਸਦ ਪੂਰਾ ਕੀਤਾ ਜਾਂ ਨਹੀਂ ਕੀਤਾ ਅ ਬਿਲਕੁਲ ਤੁਸੀਂ ਜਿਹੜੀ ਤੁਹਾਡੇ ਸਵਾਲ ਚੀ ਦਾ ਜਵਾਬ ਹੈ ਪ੍ਰਾਈਵੇਟ ਸਕੂਲ ਸਮੇ ਸਮੇ ਦੇ ਉੱਤੇ ਪੀਟੀਐਮ ਕਰਦੇ ਸੀ ਪੀਟੀਐਮ ਦਾ ਮਕਸਦ ਹੁੰਦਾ ਤਾਂ ਕਿ ਅ ਅਧਿਆਪਕਾਂ ਨੂੰ ਪਤਾ ਲੱਗ ਸਕੇ ਮਾਪੇ ਬਾਰੇ ਬੱਚਿਆਂ ਦੇ ਤੇ ਬੱਚਿਆਂ ਦੇ ਮਾਪੇ ਨੂੰ ਪਤਾ ਲੱਗ ਸਕੇ ਉਹਨਾਂ ਦੇ ਅਧਿਆਪਕ ਬਾਰੇ ਸਰਕਾਰੀ ਸਕੂਲਾਂ ਦੇ ਵਿੱਚ ਪੀਟੀਐਮ ਪਹਿਲਾਂ ਨਹੀਂ ਹੁੰਦੀ ਸੀ ਬਹੁਤ ਸਾਰੇ ਕੁਝ ਲੋਕ ਕਹਿਣਗੇ ਜੀ ਹਾਂ ਇਹ ਤਾਂ ਬਹੁਤ ਸਾਲਾਂ ਤੋਂ ਚੱਲਦੀ ਹੈ ਤਾਂ ਉਹ ਇਦਾਂ ਹੁੰਦਾ ਸੀ ਕਿ ਕਿ ਸਕੂਲ ਚ ਪੜਾਈ ਹੋ ਰਹੀ ਹੈ ਤੇ ਇੱਕ ਦਿਨ ਰੱਖਤਾ ਨਾਮ ਦੀ ਮਾਪੇ ਦੇ ਆਪਕ ਮੇਲੀ ਨਹੀਂ ਰਖਤੀ ਤੇ ਅਗਰ ਕੋਈ ਆਣਾ ਚਾਵੇ ਆ ਜਾਵੇ ਜੇ ਕੋਈ ਨਹੀਂ ਆਣਾ ਤਾਂ ਠੀਕ ਹੈ ਕੋਈ ਕੋਈ ਇਮਫਸਿਸ ਨਹੀਂ ਸੀ ਤਾਂ ਅਸੀਂ ਇਸ ਨੂੰ ਜਿਵੇਂ ਪ੍ਰਾਈਵੇਟ ਸਕੂਲ ਚ ਹੁੰਦੇ ਆ ਪ੍ਰਾਈਵੇਟ ਸਕੂਲ ਬਹੁਤ ਸਾਰੇ ਸ਼ੋਸ਼ੇ ਬਾਜ਼ੀਆਂ ਵੀ ਕਰਦੇ ਆ ਮਾਪੇ ਨੂੰ ਦਿਖਾਉਣ ਦੇ ਲਈ ਕਿ ਹਾਂ ਵੀ ਇਹ ਹੁੰਦਾ ਤਾਂ ਉਹ ਸਾਰਾ ਕਰਦੇ ਤੇ ਉਹ ਜ਼ਰੂਰੀ ਵੀ ਹੈ ਤਾਂ ਕਿ ਉਸ ਮਾਪੇ ਨੂੰ ਪਤਾ ਲੱਗੇ ਕਿ ਮੇਰੇ ਬੱਚੇ ਦੀ ਪੜ੍ਹਾਈ ਕਿਵੇਂ ਹੋ ਰਹੀ ਹੈ ਸਕੂਲ ਕਿਵੇਂ ਦਾ ਹੈ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਉਸ ਤੋਂ ਵੀ ਬੈਟਰ ਉਹਨਾ ਨਾਮ ਇਨਸਪਾਇਰ ਮੀਟ ਰੱਖਿਆ ਇੱਕ ਉਹਨੂੰ ਮਾਡਰਨ ਨਾਮ ਦਿੱਤਾ ਅੱਜ ਦੇ ਅੱਜ ਦੇ ਸਮੇਂ ਦਾ ਨਾਮ ਦਿੱਤਾ ਤਾਂ ਉਹਨਾਂ ਨੇ ਸਕੂਲ ਦੇ ਵਿੱਚ ਭਾਗੀਦਾਰੀ ਬਣਾਇਆ 16 ਲੱਖ ਮਾਪੇ 16 ਲੱਖ ਜਿਹੜੀ ਹੈ اٹینڈنس ਹੋਈ ਹੈ ਸਾਡਾ ਅੰਕੜਾ ਸੀ ਮੈਂ ਸਮਝਦਾ ਸੀ ਜੇ 10 ਲੱਖ ਮਾਪੇ ਆਗੇ ਤਾਂ ਸੀ ਆਪਣੀ ਸਪੀਟੀਮ ਨੂੰ ਕਾਮਯਾਬ ਸਮਝਾਂਗੇ ਪਰ ਸਾਡੀ ਉਮੀਦਾਂ ਤੋਂ ਵੱਧ ਹੰਗਾਰਾ ਤੇ ਉਸ ਦਿਨ ਮੈਂ ਖੁਦ ਕੇ ਸਕੂਲਾਂ 'ਚ ਗਿਆ ਮੁੱਖ ਮੰਤਰੀ ਸਾਹਿਬ ਪਟਿਆਲੇ ਗਏ ਸੀ ਮੈਂ ਰਾਜਪੁਰੇ ਦੇ ਸਕੂਲਾਂ 'ਚ ਵੀ ਗਿਆ ਸਵੇਰੇ ਤਾਂ ਮੈਂ ਦੇਖਿਆ ਸੜਕਾਂ ਦੇ ਉੱਤੇ ਰੌਣਕਾਂ ਸੀ ਪਰ ਪੰਜਾਬ ਦੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਰੌਣਕਾਂ ਸੀ ਲਾਈਨਾਂ ਲੱਗੀਆਂ ਸੀ ਇਹ ਸਾਡੇ ਸਕੂਲਾਂ ਦਾ ਇੱਕ ਬਦਲਦਾ ਰੂਪ ਹੈ ਇਸ ਦੇ ਨਾਲ ਹੁਣ ਜਿਹੜੇ ਉਹ ਅਧਿਆਪਕ ਹੈ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਬੱਚਾ ਉਹਨਾਂ ਕੋਲ ਪੜਦਾ ਉਹਦੇ ਮਾਤਾ ਪਿਤਾ ਕੀ ਕਰਦੇ ਆ ਉੱਥੇ ਜਿੱਥੇ ਸਿੱਖਿਆ ਦਾ ਪੱਧਰ ਉੱਚਾ ਜਾਵੇਗਾ ਪਰ ਦੂਸਰੀ ਤਰਫ ਜੋ ਅਧਿਆਪਕ ਨੇ ਉਹਨਾਂ ਦੇ ਲਈ ਸਰਕਾਰ ਕੀ ਕਰ ਰਹੀ ਹੈ ਉਹਨਾਂ ਦੀ ਫੀਡਬੈਕ ਉਹਨਾਂ ਦਾ ਹੁਨਰ ਵਧਾਉਣ ਦੇ ਲਈ ਕੀ ਕੁਝ ਕਰ ਰਹੀ ਹੈ ਅਸੀਂ ਟੀਚਰ ਟ੍ਰੇਨਿੰਗ ਦੇ ਉੱਤੇ ਬਹੁਤ ਜ਼ਿਆਦਾ ਕੰਮ ਕਰ ਰਹੇ ਹਾਂ ਅਸੀਂ ਆਪਣੇ ਟੀਚਰਸ ਨੂੰ ਸਸ਼ਕਤੀਕਰਨ ਕਰਨਾ ਚਾਹੁੰਦੇ ਹਾਂ ਸਿਓ ਆਪਣੇ ਪ੍ਰਿੰਸੀਪਲਸ ਨੂੰ ਸਿੰਗਾਪੁਰ ਭੇਜ ਰਹੇ ਆ ਤੇ ਸ਼ੁਰੂਆਤ ਇਸ ਤੋਂ ਬਾਅਦ ਸਾਡੇ ਪ੍ਰਿੰਸੀਪਲ ਸਾਡੇ ਟੀਚਰ ਸਾਡੇ ਹੈਡਮਾਸਟਰਸ ਕੈਨੇਡਾ ਵੀ ਜਾਣਗੇ ਫਿਨਲੈਂਡ ਵੀ ਜਾਣਗੇ ਪਰ ਸ਼ੁਰੂਆਤ ਬੱਚੋ ਦੁਨੀਆ ਦਾ ਜਿਹੜਾ ਬੈਸਟ ਟ੍ਰੇਨਿੰਗ ਇੰਸਟੀਚਿਊਟ ਹੈ ਨੈਸ਼ਨਲ ਇੰਸਟੀਚਿਊਟ ਆਫ ਪ੍ਰਿੰਸੀਪਲ ਟ੍ਰੇਨਿੰਗ ਸਿੰਗਾਪੁਰ ਫਰਵਰੀ ਦੇ ਵਿੱਚ ਐਂਡ ਅਗਲੇ ਦੋ ਮਹੀਨੇ ਆ ਸਾਡੇ ਪਹਿਲੇ ਦੋ ਬੈਚ ਉੱਥੇ ਜਾ ਕੇ ਟ੍ਰੇਨਿੰਗ ਲੈ ਕੇ ਆਉਣ ਦੇ ਤੇ ਉਸ ਉੱਥੋਂ ਉੱਥੋਂ ਉਸ ਪ੍ਰਿੰਸੀਪਲ ਇੰਸਟੀਚਿਊਟ ਤੋਂ ਸਾਡੇ ਪ੍ਰਿੰਸੀਪਲ ਟ੍ਰੇਨਿੰਗ ਲੈ ਕੇ ਆਣਗੇ ਤਾਂ ਫਿਰ ਮੈਂ ਕਹਿ ਸਕਦਾ ਕਿ ਮੇਰੇ ਕੋਲ ਸਰਕਾਰੀ ਸਕੂਲਾਂ ਚ ਉਹ ਪ੍ਰਿੰਸੀਪਲ ਨੇ ਜਿਹੜੇ ਸਿੰਗਾਪੁਰ ਟ੍ਰੇਨਡ ਨੇ ਤੇ ਪੰਜਾਬ ਦੇ ਕਿਸੇ ਵੀ ਪ੍ਰਾਈਵੇਟ ਸਕੂਲ ਕੋਲ ਇਦਾਂ ਦਾ ਕੋਈ ਪ੍ਰਿੰਸੀਪਲ ਨਹੀਂ ਹੈ ਤਾਂ ਤੁਸੀਂ ਕਹਿ ਸਕਦੇ ਹੋ ਜੋ ਇੱਕ ਵਾਦਾ ਹੋਰ ਕੀਤਾ ਗਿਆ ਸੀਗਾ ਕਿ ਅਸੀਂ ਆਪਦੇ ਟੀਚਰਾਂ ਨੂੰ ਵਿਦੇਸ਼ ਭੇਜ ਜਾਾਂਗੇ ਟ੍ਰੇਨਿੰਗ ਵਾਸਤੇ ਉਹ ਵੀ ਪੂਰਾ ਕਰਨ ਜਾਂਦੇ ਬਿਲਕੁਲ ਬਿਲਕੁਲ ਜੀ ਉਹ ਹੋ ਚੁੱਕਿਆ ਤੇ ਉਹਦੀ ਜਿਹੜਾ ਪੋਰਟਲ ਖੁੱਲ ਕੇ ਉਰੇ ਤੇ ਪ੍ਰਿੰਸੀਪਲ ਸਪਲਾਈ ਵੀ ਕਰ ਚੁੱਕੇ ਨੇ ਹੋਰ ਕਿਹੜੇ ਕੁਝ ਸਿੱਖਿਆ ਦੇ ਖੇਤਰ ਵਿੱਚ ਸਰਕਾਰ ਕਿਹੜੇ ਉਪਰਾਲੇ ਕਰ ਜਾਂ ਕੰਮ ਕਰਨ ਜਾ ਰਹੀ ਹੈ ਜਿਨ੍ਹਾਂ ਦੇ ਤਹਿਤ ਬੱਚਿਆਂ ਦਾ ਅਧਿਆਪਕਾਂ ਦਾ ਮਾਪਿਆਂ ਦਾ ਫਾਇਦਾ ਹੋਵੇ ਬਿਜ਼ਨਸ ਪਲਾਸਟਰਸ ਬਿਜ਼ਨਸ ਪਲੱਸ ਸਿਕਸਟਾਬਾਉਟੀ ਕੈਂਪੇਨ ਹੈ ਬਤੀਸ ਖੁਲਨਾ ਚ ਅਸੀਂ ਚਲਾਇਆ ਉਹਨੂੰ ਤੇ ਮੈਂ ਦੇਖ ਕੇ ਹੈਰਾਨ ਰਹਿ ਗਿਆ ਇੰਨੇ ਖੂਬਸੂਰਤ ਆਈਡੀਆ ਸਾਡੇ ਬੱਚਿਆਂ ਵੱਲੋਂ ਜਿਹੜੇ ਆ ਉਹ ਲੱਭੇ ਗਏ ਨੇ ਇਹ ਪੰਜਾਬੀ ਬਹੁਤ ਇਨੋਵੇਟਿਵ ਕੰਮ ਹੈ ਆ ਸਾਡੇ ਕੋਲ ਜੋ ਆਈਡੀਆਜ਼ ਨੇ ਉਹ ਕਿਤੇ ਕਿਸੇ ਦੁਨੀਆ ਦੇ ਕੋਲ ਨਹੀਂ ਹੈਗੇ ਪਹਿਲੀ ਵਾਰੀ ਦੇਖਿਆ ਤੇ ਅਗਲੇ ਸਾਲ ਤੋਂ 11ਵੀਂ ਦੇ ਹਰ ਬੱਚੇ ਦੇ ਅਸੀਂ ਲਾਗੂ ਕਰਾਂਗੇ ਹੁਣ ਵੀ ਤੁਹਾਨੂੰ ਜਨਵਰੀ ਦੇ ਵਿੱਚ ਜਦੋਂ ਬਿਜ਼ਨਸ ਕਲਾਸਰ ਦਾ ਪ੍ਰੋਗਰਾਮ ਕਰਾਂਗੇ ਤੁਹਾਨੂੰ ਸਭ ਨੂੰ ਬੁਲਾਵਾਂਗੇ ਤੇ ਤੁਸੀਂ ਦੇਖ ਕੇ ਬੱਚਿਆਂ ਦੇ ਹੁਨਰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਬਾਈ ਸਾਹਿਬ ਮਾਫੀਆ ਸ਼ਬਦ ਇੱਕ ਬਹੁਤ ਵੱਡਾ ਸ਼ਬਦ ਹੈ ਜਿਸ ਨੂੰ ਖਤਮ ਕਰਨ ਦੀਆਂ ਲਗਾਤਾਰ ਸਰਕਾਰਾਂ ਵਾਅਦੇ ਕਰਦੀਆਂ ਨੇ ਕੋਸ਼ਿਸ਼ਾਂ ਕਿ ਅਸੀਂ ਮਾਫੀਆ ਖਤਮ ਕਰ ਰਹੇ ਹਾਂ ਪਰ ਉਸੇ ਮਾਈਨਿੰਗ ਮਾਫੀਆ ਨੂੰ ਲੈ ਕੇ ਤੁਸੀਂ ਹੁਣ ਕੋਸ਼ਿਸ਼ ਕੀਤੀ ਹੈ ਦੀਪੂ ਖੋਲੇ ਦੀਪੂ ਦਾ ਮਕਸਦ ਪੂਰਾ ਹੋਇਆ ਜਾਂ ਨਹੀਂ ਹੋਇਆ ਸਕੂਲ ਮੈਂ ਇਸ ਮਾਈਨਿੰਗ ਤੋਂ ਪਹਿਲਾਂ ਮੈਂ ਇੱਕ ਸਕੂਲ ਆਫ ਐਮੀਨੈਂਸ ਲਾਂਚ ਕਰ ਰਹੇ ਹਾਂ ਸੀ ਜਨਵਰੀ ਦੇ ਵਿੱਚ ਹੀ ਲਾਂਚ ਹੋ ਜਾਣਗੇ ਇਹ ਸਕੂਲ ਆਫ ਐਮੀਨੈਂਸ 117 ਸਕੂਲ ਹੋਣਗੇ ਜਿਹੜੇ ਅਗਲੇ 2-3 ਸਾਲ ਚ ਇਹਨਾਂ ਦੇ ਬਰਾਬਰ ਪੰਜਾਬ ਚ ਕੋਈ ਵੀ ਪ੍ਰਾਈਵੇਟ ਸਕੂਲ ਵੀ ਨਹੀਂ ਹੋਊਗਾ ਪੇਪਰ ਲੈ ਕੇ ਇੱਥੇ ਐਡਮਿਸ਼ਨ ਮਿਲਿਆ ਕਰੂਗੀ ਤੇ ਇੱਥੋਂ 9ਵੀਂ ਤੇ 11ਵੀਂ ਦੇ ਵਿੱਚ ਦੋ ਕਲਾਸਾਂ ਚ ਐਡਮਿਸ਼ਨ ਹੋਊਗੀ ਤੇ ਜਿਹੜਾ ਬੱਚਾ 9ਵੀਂ ਚ ਆਇਆ ਜੇਕਰ ਉਹ 9ਵੀਂ ਚ ਆ ਕੇ ਸਾਨੂੰ ਕਹੂਗਾ ਸੀ ਮੈਂ ਡਾਕਟਰ ਬੰਨਣਾ ਚਾਹੁੰਦਾ ਤਾਂ ਉਹਨੂੰ ਡਾਕਟਰੀ ਦੀ ਪੜ੍ਹਾਈ 9ਵੀਂ ਤੋਂ ਸ਼ੁਰੂ ਕਰੇ ਕੈਮਰਾ ਪਰਸਨ ਤਜਿੰਦਰ ਸਿੰਘ ਦੇ ਨਾਲ ਕਮਲਦੀਪ ਜੀ ਮੀਡੀਆ ਚੰਡੀਗੜ੍ਹ